ਐਮਰਜੈਂਸੀ ਡਿਊਟੀ ਵਿੱਚ ਤੈਨਾਤ ਹਾਂ। ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਆਏ ਸੀਗੇ, ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਅਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ। ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾਂ ਹੈੱਡ ਇੰਜਰੀ ਸੀਗੀ ਇੱਕ ਦੇ, ਅਤੇ ਇੱਕ ਦੇ ਬੈਕ ਇੰਜਰੀ ਸੀ, ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ। ਹੈੱਡ ਇੰਜਰੀ ਕਿਹਦੇ ਸੀ? ਵਿਕਾਸ ਕੁਮਾਰ ਦੇ ਸੀ। ਦੂਜੇ ਦੇ ਬੈਕ ਇੰਜਰੀ ਸੀਗੀ, ਉਹ ਚੱਲ ਨਹੀਂ ਪਾ ਰਿਹਾ ਸੀ, ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ। ਓਕੇ, ਅਤੇ ਮੈਮ ਕਿੱਥੇ ਦੇ ਰਹਿਣ ਵਾਲੇ ਹੋ? ਉਹਨੂੰ ਸਹਾਰਨਪੁਰ ਯੂਪੀ ਦੇ ਰਹਿਣ ਵਾਲੇ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ 4:15 ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ, ਤਾਂ ਅਸੀਂ ਇੱਥੇ ਪੁੱਜੇ ਹਾਂ ਅਤੇ ਇੱਥੇ ਦੋ ਮਾਲ ਗੱਡੀਆਂ ਖੜ੍ਹੀਆਂ ਸੀ ਅਤੇ ਇੱਕ ਪੈਸੰਜਰ ਹੈਗੀ, ਅਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੜੇ ਡਰਾਈਵਰ ਹੈ ਉਹ ਇੰਜਰਡ ਹੋਏ ਆ, ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ, ਅਤੇ ਬਾਕੀ ਹਜੇ ਜੋ ਬਚਾਅ ਕਾਰਜ ਮੌਕੇ 'ਤੇ ਉਹ ਚੱਲ ਰਹੇ, ਅਤੇ ਹੋਰ ਕੋਈ ਇਹੋ ਜਿਹੀ ਜਾਨੀ ਮਾਲੀ ਨੁਕਸਾਨ ਕਿੱਧਰੋਂ ਜਾਨੀ ਮਾਲ ਨੁਕਸਾਨ ਨਹੀਂ ਹੋਇਆ? ਕਿੱਧਰੋਂ ਆ ਰਹੀ ਸੀ ਇਹ ਟ੍ਰੇਨਾਂ? ਉਧਰੋਂ ਆ ਰਹੀਆਂ ਸੀ ਅਮਾਲਾ ਸਾਈਡ ਤੋਂ, ਅਤੇ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹਜੇ ਹੌਲੀ ਹੌਲੀ ਕਲੀਅਰ ਹੋ ਰਿਹਾ। ਨਾਮ ਕੀ ਨੇ ਪਤਾ ਲੱਗਿਆ ਕੁਛ? ਉਹ ਦੋਵੇਂ ਲੋਕੋ ਪਾਇਲਟ ਹੈ।